जीत वैब टीवी वेख रहे दर्शकों का हार्दिक स्वागत है। गलबात करांगे जनून दी। दिल्ली दीआं सरहदां ते दो महीने का समा होण जा रहा, किसान वर्ग दिल्ली दीआं सरहदां ते तैनात आ खेती दे काले कानून रद्द करवाउण संबंधी अज पिंड निजामपुर तों वड्डी गिणती विच किसान परिवार नाल संबंधित औरतां बच्चे ते किसान दिल्ली लई रवाना हो रहे हन। हुण असीं गलबात करदे आं पिंड निजामपुर के सबका सरपंच जसकरन कौर नाल। औरतां दा की मकसद आ जी दिल्ली जाण दा? हाँ जी, सारे तो पहला सत श्री अकाल। असी अज दिल्ली जाने लिए रवाना हो रहे हैं, किसान प्रोटेस्ट जिहड़ा चल रहा अंदोलन उहदे विच शामिल होने लई। तो साडा मकसद हैगा, पहला तो इच्छा बहुत सी जदों का भी यह अंदोलन शुरू होया कि असी उत्थे जाइए, तो बड़ा अजमान महसूस हो रहा, असी उस अंदोलन का हिस्सा बनने लई जा रहे हैं। तो औरतां शुरू तो ही साढ़े जिहड़े संघर्ष जिहड़े भी चलते आए हैं उन्होंने विच बड़ा महत्वपूर्ण योगदान औरतां दा रहा। तो असी औरतां होण दे नाते असी अपने भरावां नाल असी अपने सारे ही जिहड़े किसान वर्ग के जिहड़े लोग उत्थे इकट्ठे हुए हुए ने उन्हां दा साथ देण लई अज दिल्ली नूं रवाना हो रहे हैं। अज गलबात केंद्र सरकार नाल किसान आगूआं दी दसवें दौर च चली गई, जेकर अज कोई गल नहीं बणदी तां औरतां की लंबे टाइम लई भविख विच होर साथ दे सकदियां ने किसान वर्ग दा? बिल्कुल जी, असीं तैयार वर तैयार हाँ। जे हजे भी साडी जिहड़ी सरकार हैगी आ ਉਹ ਨਹੀਂ ਸਾਨੂੰ ਕੋਈ ਇਹਦਾ ਰਿਜ਼ਲਟ ਦਿੰਦੀ ਹੈਗੀ ਮੀਟਿੰਗਾਂ ਤੋਂ ਬਾਅਦ ਵੀ, ਤਾਂ ਅਸੀਂ ਆਪਣੇ ਹੱਕ ਲੜਨ ਲਈ ਅਤੇ ਤਿਆਰ ਖੜਿਆਂ ਨਾਲ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਔਰਤਾਂ ਹੋਣ ਦੀ ਹਾਂ। ਔਰਤਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦਾ ਹਮੇਸ਼ਾ ਡਟ ਕੇ ਸਾਥ ਦੇਵਾਂਗੇ, ਬੇਸ਼ੱਕ ਜਿੰਨਾ ਮਰਜ਼ੀ ਲੰਮਾ ਸੰਘਰਸ਼ ਚੱਲੇ। ਹੁਣ ਅਸੀਂ ਗੱਲਬਾਤ ਕਰਾਂਗੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਗੁਰਜੀਤ ਕੌਰ ਜੀ ਉਹਨਾਂ ਨਾਲ। ਗੁਰਜੀਤ ਕੌਰ ਜੀ, ਦਿੱਲੀ ਕਿਉਂ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਾ ਰਹੀਆਂ ਹਨ? ਹਾਂਜੀ, ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਹੁਣ ਅਸੀਂ ਤਾਂ ਦਿੱਲੀ ਤਾਂ ਜਾ ਰਹੇ ਹਾਂ ਕਿਉਂਕਿ ਸਾਨੂੰ ਸਾਡੇ ਹੱਕ ਨਹੀਂ ਮਿਲਦੇ, ਸਾਡੇ ਫਸਲਾਂ ਦੇ ਸਾਨੂੰ ਰੇਟ ਨਹੀਂ ਮਿਲਦੇ ਹੈਗੇ। ਸਾਨੂੰ ਨਾ ਤਾਂ ਸਮੇਂ ਸਿਰ ਮੰਡੀਆਂ 'ਚ ਸਾਡੀਆਂ ਫਸਲਾਂ ਵੀ ਰੁਲਦੀਆਂ ਨੇ, ਅਤੇ ਨਾ ਇਹ ਦੂਸਰਾ ਮੰਡੀਕਰਨ ਵੀ ਹੋ ਗਿਆ, ਅਤੇ ਸਾਨੂੰ ਹੁਣ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ, ਸਾਨੂੰ ਸਾਡੇ ਹੱਕ ਚਾਹੀਦੇ ਨੇ। ਅਸੀਂ ਸਾਰੀਆਂ ਔਰਤਾਂ ਨਿਜ਼ਾਮਪੁਰ ਪਿੰਡ ਤੋਂ ਇਕੱਠੇ ਹੋ ਕੇ ਜਾ ਰਹੇ ਹਾਂ, ਕਿਉਂਕਿ ਜੇ ਸਾਨੂੰ ਸਾਡੇ ਹੱਕ ਹੀ ਨਹੀਂ ਮਿਲ ਗਏ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕਿਵੇਂ ਸਕਾਂਗੇ, ਉਹਨਾਂ ਨੂੰ ਸਕੂਲਾਂ ਵਿੱਚ ਫੀਸਾਂ ਉਹਨਾਂ ਦੀਆਂ ਕਿੰਨੀ ਫੀਸਾਂ ਹੁੰਦੀਆਂ ਨੇ ਸੀ ਉਹ ਕਿਵੇਂ ਦੇ ਸਕਾਂਗੇ, ਸਾਡੇ ਹੋਰ ਨਿੱਕੇ ਮੋਟੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਵਾਸਤੇ ਸਾਨੂੰ ਪੈਸਿਆਂ ਦੀ ਲੋੜ ਪੈਂਦੀ ਹੈ, ਜੋ ਪੈਸੇ ਸਾਨੂੰ ਮਿਲ ਨਹੀਂ ਰਹੇ। ਸਰ, ਇਸ ਲਈ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਸਾਰੇ ਪਰਿਵਾਰ ਸਮੇਤ ਚੱਲੇ ਹਾਂ, ਅਸੀਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਅਸੀਂ ਜਦ ਤੱਕ ਸਾਡੇ ਹੱਕ ਨਹੀਂ ਮਿਲਦੇ ਉਦੋਂ ਤੱਕ ਅਸੀਂ ਐਵੇਂ ਡਟੇ ਰਹੋ। ਗੱਲਬਾਤ ਸਿਰਫ ਹੱਕਾਂ 'ਤੇ ਖੜੀ ਆ, ਹੱਕ ਲੈਣ ਤੱਕ ਇਹ ਸੰਘਰਸ਼ ਇੱਦਾਂ ਹੀ ਜਾਰੀ ਰਹੇਗਾ। ਕਿਸਾਨ ਭਰਾਵਾਂ ਦਾ ਔਰਤਾਂ ਵੱਲੋਂ ਡਟ ਕੇ ਸਾਥ ਦਿੱਤਾ ਜਾਵੇਗਾ। ਅਜੀਤ ਵੈਬ ਟੀਵੀ ਲਈ ਕੁਲਵਿੰਦਰ ਸਿੰਘ, ਨਿਜ਼ਾਮਪੁਰ। ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।